शिमारू के नए वीडियोस के लिए सब्सक्राइब कीजिए और बेल आइकन को दबाना न भूलें। आ दोनों पासे लत्ता करके ना बैठ स्कूटर ते, ओ मेरे नाल ता पहला कोई कुड़ी नहीं फसदी, सारे शहर च मेरी बेइज्जती करा देंगी तू। ये बिद्दू बे, मैं सोना पत्ता भी लेके आऊंगी। करे जड़ के जामी, समझिया? चल बैजा बैजा, हाथ पाला मीना कुमारीए, हाथ पाला मेनू फिर पीछे डिग जाएंगी और चूकना तड़ा लेंगी अपदा। हौली तोर बंबू काट नु, हौली मेनू तो डर लगता है। हौली तोर मित्रा वे मेरा नरम काल जा तारी के, बोता हौली तोर मित्रा सामने आउंदियां ने। बोता किथे जाए खड़े बंबू काट। रोडू बे पुत, मैं थोड़े नानके जाके आनी है। नानके की अंब ने भैन तेरे के उठे जानू तो रूह नहीं कर दी। बे बेचारे दी सज्जे सुई मैं ऐस मर गई, मसा दूध होया थी, मैं ता पेक्यां दी औख ने खा ली। ले मैं ऐस मर गई फिर कड़ो मैं भी पर लो आ गई। मैनू पता पता, एक कोना दे मज सी मौली जी बंदे दा। बे एवें पकाई ना मार, मेरी गल ध्यान ना सुनो, थोड़े प्यो दी तुसी गौर रखनी है। ले असी कादी गौर रखिए? भई किथे जांदा है, किथे बैंदा है, किथे उठदा है, ते किनू मिलदा है, ए तुसी सारियां गल्लां लिखनियां ने, फेर मैं इनू दऊं पता। बहन देने दिया कुछ गल्लां लिखण वालियां भी नहीं हुंदियां। बे मैं थोनू कहा भी हर गल लिखनी है, पूरी CID रखियो, मैं चार वाली बस ते आ जाऊं। ले मम्मी कटवाऊगी ओए। ले भाई मित्रा कर फिर CID शुरू। लिख कणक दा गट्टा घरों चुकिया, बिंडे मरासी दे घरे सुटिया, ओदी बहू नाल हस हस के गल्लां करियां। ओदी बहू नाल हस हस के गल्लां करियां। बामना दी कुड़ी दे मगर मगर गया, ओनू बुलाउन दी बहुत कोशिश कीती, पर कुड़ी ने मुंह नहीं लाया, मामा भैणा दिया गंदियां गालां कढ़ियां। मुंह नहीं लाया फिर उसने अगली कारवाई शुरू कीती। देख घरे काम दा ढक्का नहीं तोड़दा, बिगड़िया होया बेला प्यो। लिख सिखर दोपहरे कख वड्डे, फिर नाइयां दी चरणों दे घरे सिटे, ते बैठ के चाह पीती, ते बैठ के चाह पीती। छड़ यार मैनूं तां शर्म आउंदी आ, चल चलिए, एना लंडू बंदा ए तां हुण छत्तर खाऊगा। हाय हाय लोकां दीआं धीआं भैणां आउंदियां ने, अज छेड़ दिया लैंदियां नज़ारे। चोरी छिपे अखियां मिलाउण वाली ए नी दस, पिंड च परौणी की दे आई होई है। चोरी छिपे अखियां मिलाउण खत्म ना बाबा जी, खड़े बाहर। ओ की हो गया भाई पूरो? बाबा जी
ਮੇਰੀ ਕੁੜੀ ਨੂੰ ਕਹਿੰਦਾ ਕੀ ਹਾਲ ਚਾਲ ਹੈ। ਨਾ ਇਹ ਕੌਣ ਪੁੱਛਣ ਵਾਲਾ ਹੁੰਦਾ ਮੇਰੀ ਕੁੜੀ ਦਾ ਹਾਲ ਚਾਲ, ਨਾ ਇਹਦੇ ਘਰ ਧੀ ਨੀ ਭੈਣ ਨੀ ਜਾਂ ਕੁਛ ਹੋਰ ਨੀ ਹੈਗਾ। ਮੈਂ ਕਹਿੰਦੀ ਹਾਂ ਕੱਢ ਇਹਨੂੰ ਬਾਹਰ, ਜੈ ਖੜੀ ਦਾ ਰੋਜ਼ ਹੀ ਵਿਹੜੇ ਚ ਮਾਰੂ ਗੇੜੇ, ਰੋਜ਼ ਕੁੜੀਆਂ ਨੂੰ ਖਹਿ ਕੇ ਲੰਘਦਾ। ਜੇ ਮੱਘਰ ਨੂੰ ਪਤਾ ਲੱਗ ਗਿਆ ਡੱਕਰੇ ਕਰਕੇ ਰੂੜੀ ਚ ਦੱਬ ਦੂ ਡੱਕਰੇ ਕਰਕੇ, ਫੇਰ ਨਾ ਮੈਨੂੰ ਆਖੀ। ਓਏ ਓਏ ਹੁਣ ਅੰਦਰ ਕਿਉਂ ਵੜ ਗਿਆ, ਬਾਹਰ ਆ ਮੇਰਿਆ ਸਾਲਿਆ। ਮੇਰੇ ਸਾਲੇ ਨੇ ਧਰਤੀ ਚ ਵੜ ਕੇ ਰੱਖਤੇ। ਉਹ ਕੀ ਹੋ ਗਿਆ ਬਾਪੂ ਜੀ? ਮੈਂ ਦੱਸਣੀ ਆ ਕੀ ਹੋਇਆ, ਨਾ ਮੇਰੀ ਕੁੜੀ ਨੂੰ ਕੱਲ ਦੀ ਜਵਾਕੜੀ ਨੂੰ ਖੇਡ ਕੇ ਲੰਘਿਆ, ਨਾ ਤੇਰੇ ਹਾਣ ਦੀ ਹੈ। ਉਹ ਜ਼ਿਆਦਾ ਚਬਰ ਚਬਰ ਨਾ ਕਰ, ਤੂੰ ਹੀ ਬੋਲੀ ਜਾਂਦੀ ਹੈ, ਮੈਂ ਨੀ ਕਿਸੇ ਨੂੰ ਜਾਣਦਾ। ਬਾਪੂ ਇਹਦਾ ਯਕੀਨ ਨਾ ਕਰੀ, ਇਹ ਬੜੀ ਚਾਲੂ ਜਨਾਨੀ ਹੈ। ਚਾਲੂ ਚਾਲੂ ਹੋ ਤੂੰ, ਤੇਰੀ ਮਾਂ ਤੇਰੀ ਭੈਣ ਹਰਾਮ ਦਾ ਬੀਜ ਪੱਟ ਕੇ ਟੋਆ ਤੈਨੂੰ ਰੂੜੀ ਚ ਨਾ ਦੱਬਦਾ। ਮੇਰਾ ਨਾਮ ਵੀ ਭੂਰੋ ਨੀ, ਜੈ ਖਾਣੇ ਦਾ ਕੰਜਰ। ਭੈਣੇ ਤੂੰ ਚੁੱਪ ਕਰ, ਇਸ ਕੰਜਰ ਨੇ ਤਾਂ ਜਮਾ ਹੀ ਸ਼ਰਮ ਲਾ ਦਿੱਤੀ। ਸ਼ਰਮ ਮਨ ਬਸ਼ਰਮਾ, ਤੇਰੇ ਬਰਾਬਰ ਦੇ ਜਵਾਕ ਨੇ ਹਜੇ ਵੀ ਤੀਵੀਆਂ ਰੱਖੇ ਨੇ। ਓਏ ਓਏ ਕੁੱਤੀ ਭੌਂਕਦੀ ਹੈ, ਸਾਰਾ ਪਿੰਡ ਜਾਣਦਾ ਇਹਨੂੰ, ਨਾਲੇ ਮੈਨੂੰ ਵੀ ਜਾਣਦਾ ਹੈ ਮੈਂ ਕਿੰਨਾ ਨਰਮ ਬੰਦਾ ਕਿੰਨਾ ਸਾਊ ਆ। ਚੰਗਾ ਸ਼ਰੀਫ ਹੈ ਤੂੰ, ਸਾਰਾ ਪਿੰਡ ਜਾਣਦਾ ਵੇ ਦਲੀਪੋ ਦੇ ਘਰ ਤੂੰ ਨਹੀਂ ਨਿਕਲਦਾ ਜੈ ਖਾਣੇ ਦੇ, ਪੀਲੂ ਦੀਆਂ ਮੱਝਾਂ ਨੂੰ ਆਂਦਾ ਮਰਾਸੀਆਂ ਦੇ ਕੱਖ ਸੁੱਟਦਾ। ਕੰਜਰ ਖੜਿਆ ਹੋਇਆ ਲੁੱਚਾ ਕਿਸੇ ਥਾਂ ਦਾ। ਤੂੰ ਲੁੱਚੀ ਤੂੰ ਲੁੱਚੀ ਤੁਹਾਡਾ ਖਾਨਦਾਨ ਲੁੱਚਾ, ਸਾਰੀ ਵੱਡੀ ਸਤੀ ਸਵਿਤਰੀ ਬਣੀ ਫਿਰਦੀ ਹੈ। ਵੂ ਬੈ ਮਰ ਜਾ, ਖੱਜਾ ਤੇਰਾ ਬਹਿ ਜਾ ਬੇੜਾ, ਘਰੇ ਦੱਖਾਂ ਨਹੀਂ ਤੋੜਦਾ, ਬਾਹਰ ਤੀਵੀਆਂ ਦੀਆਂ ਗੁਲਾਮੀਆਂ ਕਰਦਾ ਫਿਰਦਾ, ਤੇ ਤੇਰੇ ਪੈ ਜਾਣ ਕੀੜੇ। ਜੱਟ ਦਾ ਪੁੱਤ ਹੋ ਗਏ ਲਾਕੀਆਂ ਤੋਂ ਕੌਣ ਹੈ ਤੂੰ? ਮਰਦਾ ਤੂੰ ਨਹੀਂ, ਮਾਰ ਮਾਰ ਆ ਮੇਰੇ ਪਿਓ ਦੇ ਸਾਲੇ ਨੂੰ, ਹੋਰ ਮਾਰ, ਪਹਿਲੇ ਬੜੇ ਦੀ ਫੈਮਿਲੀ ਦਾ ਨਾ ਰਾਸ਼ਨ ਕਰੂਗਾ। ਓਏ ਹੁਣ 2% ਮਰੂ, ਓਏ ਬਦਤਮੀ ਜੱਟ, ਓਏ ਟੀਵੀ ਤੋਂ ਕਟਾ ਤਾ ਕੰਜਰ ਬੁੜਿਆ, ਓ ਪਿਓ ਦਾ ਪੁੱਤ ਨਾ ਕਹੀਂ ਜੇ ਨਾ ਮਰਿਆ ਓ ਤੇਰੇ ਸਿਰ ਚੜ ਕੇ ਮਰੂਗਾ। ਓ ਕਰੇਸੀ ਬੁੜਿਆ, ਓ ਆਪਦੇ ਦਿਨ ਭੁੱਲ ਗਿਆ ਲੁੱਚਿਆ ਚੋਰਿਆ, ਓ ਲੁੱਚਿਆ ਹਾਏ ਓ ਕੰਜਰਾ। ਖੜ ਜਾ ਫਿਰ ਮੈਂ ਆਉਣਾ ਗਾ, ਮਰ ਜਾ ਕਿਤੇ ਜਾ ਕੇ ਗੱਡੀ ਥੱਲੇ ਆ ਕੇ। ਓ ਮੈਂ ਮਰੂਗਾ ਹੁਣ, ਸੱਚੀ ਮੁੱਚੀ ਮਰੂ, ਓ 99% ਮਰੂਗਾ। ਓ ਕੰਜਰਾ ਓ ਲੁੱਚਿਆ ਬੁੜਿਆ, ਤੇਰਾ ਬੇੜਾ ਬਹਿ ਜੇ ਤੇਰਾ। ਓਏ ਅਸਲੇ ਦਾ ਹੋਵੇਗਾ ਨਾ ਘਰੇ ਨਾ ਬੜੀ ਮੁੜ ਕੇ, ਮੈਂ ਤਾਂ ਤੇਰੀ ਮਕਾਨ ਵੀ ਨਹੀਂ ਆਉਂਦਾ। ਬਾਈ ਉਹ ਬਾਈ 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 ਤਾਂ ਬਾਈ ਤਾਂ ਕਹਿੰਦੇ ਘਰੇ ਬੰਦਾ ਭੇਜਿਆ ਤੀ, ਕਹਿੰਦੇ ਤੇ ਮਰਨ ਦਾ ਇਰਾਦਾ ਬਣਾ ਲਿਆ ਬਾਈ। ਮੈਨੂੰ ਬਾਪੂ ਨੇ ਕੁੱਟਿਆ, ਨਾਲੇ ਤੇਰੀ ਭਰਜਾਈ ਨੇ ਕੁੱਟਿਆ, ਹੁਣ ਮੈਂ ਜੋ ਕੇ ਕਰੂੰਗਾ ਵੀ ਕੀ? ਹੁਣ ਤਾਂ ਮੈਂ 99% ਮਰੂੰਗਾ। ਮੈਂ ਬਾਪੂ ਦੇ ਕੰਨ ਥਾਣੀ ਕੱਢਣਾ ਚਾਹੁੰਦਾ ਤੀ, ਨਾ ਕੀ ਕਹਿੰਦਾ ਉਹ? ਓਏ ਉਹਨੇ ਕੀ ਕਹਿਣਾ ਤੀ, ਬਸ ਤੇਰੇ ਮਰਨ ਦੀ ਖਬਰ ਸੁਣ ਕੇ ਓਏ ਲੱਗ ਗਿਆ ਭੰਗੜੇ ਪਾਉਣ, ਕਹਿੰਦਾ ਮਰੇ ਪਰਾਂ ਬਦਨਾਮੀ ਦਾ ਕੁੱਪ। ਉਹ ਕੰਜਰ ਮਰਿਆ ਤੀ ਜਿੱਦੇ ਨਲਾਇਕ ਜੰਮਿਆ, ਕਹਿੰਦਾ ਜੇ ਮੇਰਾ ਅਸਲੀ ਖੂਨ ਹੁੰਦਾ ਨਾ ਓਏ ਹੁਣ ਨੂੰ ਤਾਂ ਕਦੋਂ ਦਾ ਮਰ ਜਾਂਦਾ। ਓ ਮੈਨੂੰ ਬਾਪੂ ਤੋਂ ਉਮੀਦ ਨੀ ਸੀ, ਮੇਰੇ ਵੀ ਭੁੱਲੇ ਅਰਮਾਨ ਸੀ ਕਿ ਮੇਰਾ ਬਾਪ ਮੈਨੂੰ ਪਿਆਰ ਨਾਲ ਸਮਝਾਵੇ, ਗੋਦੀ ਚ ਬਿਠਾ ਕੇ ਕਹੇ ਨਾ ਮਰਨਾ ਨੀ ਮੇਰੇ ਪੁੱਤ, ਤੂੰ ਮਰ ਗਿਆ ਮੈਂ ਮਰ ਜਾਊਂਗਾ, ਤੇ ਮੈਨੂੰ ਗੱਲ ਲਾ ਕੇ ਕਹੇ ਬੇਟਾ ਤੂੰ ਘਰ ਚੱਲ ਚੱਲ ਮੇਰਾ ਪੁੱਤ। ਪਰ ਉਸ ਕਲਯੁਗੀ ਪਿਓ ਨੇ ਇੱਕ ਵਾਰ ਵੀ ਹਾਂ ਦਾ ਨਾਰਾ ਨਹੀਂ ਮਾਰਿਆ। ਬਾਈ ਜਿਹਦੇ ਇਰਾਦੇ ਮਜ਼ਬੂਤ ਹੋਣ ਉਹ ਮਾਂ ਪਿਓ ਦੀ ਪਰਵਾਹ ਨਹੀਂ ਕਰਦੇ। ਹਾਂ ਇਹ ਮੌਤ ਦਾ ਰਿਸ਼ਤਾ ਬੜਾ ਕਠਿਨ ਹੁੰਦਾ ਬਾਈ, ਜਿਨ੍ਹਾਂ ਨੇ ਲਾੜੀ ਮੌਤ ਨੂੰ ਹੱਸ ਕੇ ਗਲੇ ਲਗਾਇਆ ਇਤਿਹਾਸ ਉਹਨਾਂ ਨੂੰ ਹਮੇਸ਼ਾ ਯਾਦ ਰੱਖਦਾ। ਤੇਰਾ ਨਾਂ ਇਤਿਹਾਸ ਦੇ ਪੰਨਿਆਂ ਤੇ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਊਗਾ ਬਾਈ। ਅੱਛਾ ਤੂੰ ਅਮਰ ਹੋ ਜਾਏਗਾ, ਉਹ ਤੇਰੇ ਨਾਂ ਦੇ ਗੇਟ ਬਣਨਗੇ, ਚੌਂਕਾਂ 'ਚ ਤੇਰੇ ਬੁੱਤ ਲੱਗਣਗੇ ਬਾਈ। ਇਹ ਲਿਖਿਆ ਹੋਊਗਾ ਅਮਰ ਸ਼ਹੀਦ ਸਰਦਾਰ ਜਗਰੂਪ ਸਿੰਘ ਸੰਧੂ, ਉਹ ਤੇਰੀ ਬਰਸੀ ਦੇ ਸੱਭਿਆਚਾਰਕ ਮੇਲੇ ਲੱਗਿਆ ਕਰਨਗੇ ਬਾਈ, ਓਏ ਸੋਹਣੀਆਂ ਸੋਹਣੀਆਂ ਕੁੜੀਆਂ ਤੇਰੇ ਗਲਾਂ 'ਚ ਹਾਰ ਪਾਇਆ ਕਰਨਗੀਆਂ ਬਾਈ। ਓਏ ਹੋਏ ਫਿਰ ਤਾਂ ਨਜ਼ਾਰੇ ਆਉਣਗੇ, ਨਜ਼ਾਰੇ ਜਾਣਗੇ, ਫੇਰ ਆਉਣਗੇ ਫੇਰ ਜਾਣਗੇ। ਇਹ ਕੁੜੀਆਂ ਵੀ ਅਜੀਬ ਨੇ ਭੋਲੇ, ਜਿਉਂਦੇ ਨੂੰ ਤਾਂ ਮੂੰਹ ਨਹੀਂ ਬੋਲਦੀਆਂ ਤੇ ਮਰੇ ਤੋਂ ਮੇਰੇ ਗੱਲ 'ਚ ਹਾਰ ਪਾਉਣਗੀਆਂ। ਓ ਬਾਈ ਹੁਣ ਤਾਂ ਤੇਰੀ ਆਨੇ ਦੀ ਇੱਜ਼ਤ ਨਹੀਂ ਹੈਗੀ, ਮਰ ਕੇ ਤਾਂ ਤੇਰੀ ਪੂਰੀ ਚੜ੍ਹਾਈ ਹੋਜੂ,
ਆਪਣੇ ਦਾਦੇ ਦਾਨੇ ਦਾ ਨਾਂ ਸੂਰਜ ਵਾਂਗੂ ਚਮਕਾ ਦੇ ਬਾਈ। ਬਸ ਬਾਪੂ ਦੀ ਬਦਨਾਮੀ ਤੇ ਨਾ ਬਸ ਬਸ ਤੂੰ ਹੀ ਮਿੱਟੀ ਪਾ ਸਕਦਾ ਬਾਈ, ਤੂੰ ਹੀ ਮਿੱਟੀ ਪਾ ਸਕਦਾ।